ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਥਾਈਂ ਦਰਸਾਇਆ ਹੈ ਕਿ ਯੁਗਾ ਯੁਗਾੰਤਰਾਂ ਦੀ ਯਾਤਰਾ ਕਰਨ ਪਿੱਛੋਂ ਹੀ ਜਗਿਆਸੂ ਨੂੰ ਪ੍ਰਭੂ ਪ੍ਰੇਮ ਪ੍ਰਾਪਤ ਹੁੰਦਾ ਹੈ ਤੇ ਉਹ ਇੱਕ ਰਾਤ ਦਾ ਜਿਹੜਾ ਪ੍ਰਭੂ ਪ੍ਰੀਤਮ ਦਾ ਸੰਜੋਗ ਹੁੰਦਾ ਹੈ ਇਹ ਯੁਗਾ ਦੀ ਕਾਲਣਾ ਨੂੰ ਸਫਲ ਕਰ ਜਾਂਦਾ ਹੈ ਤੇ ਦੂਸਰੀ ਗੱਲ ਇਹ ਦਰਸਾਈ ਹੈ ਕਿ ਇਸ ਸੰਜੋਗੀ ਮੇਲ ਦਾ ਜਿਸ ਨੂੰ ਅਵਸਰ ਮਿਲਦਾ ਹੈ ਉਸ ਨੂੰ ਕੀ ਅਨਭਵ ਹੁੰਦਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪ੍ਰਭੂ ਪ੍ਰੀਤਮ ਦਾ ਸੰਜੋਗ ਸਭ ਤੋਂ ਵੱਡਾ ਸਭ ਤੋਂ ਪਵਿੱਤਰ ਤੇ ਸਭ ਤੋਂ ਸੱਚਾ ਪ੍ਰੇਮ ਹੁੰਦਾ ਹੈ ਜੋ ਕਾਲਾਤੀ ਤੇ ਦੇਸਾਤੀ ਛਣਾ ਵਿੱਚ ਕੱਢਦਾ ਹੈ ਜਾਂ ਵਾਪਰਦਾ ਹੈ ਇਸ ਪਿੱਛੋਂ ਅਜਹੀਆਂ ਘੜੀਆਂ ਯੁੱਗਾਂ ਦੀ ਉਡੀਕ ਪਿੱਛੋਂ ਆਉਂਦੀਆਂ ਹਨ ਯੁਗਾਂ ਯੁਗਾੰਤਰਾਂ ਦੀ ਯਾਤਰਾ ਕਰਨ ਪਿੱਛੋਂ ਹੀ ਜਗਿਆਸੂ ਨੂੰ ਪ੍ਰਭੂ ਪ੍ਰੇਮ ਪ੍ਰਾਪਤ ਹੁੰਦਾ ਹੈ ਤੇ ਪ੍ਰੇਮ ਵਿੱਚ ਰੁੱਤਾ ਇੱਕ ਰਾਤ ਦਾ ਪ੍ਰਭੂ ਪ੍ਰੀਤਮ ਦਾ ਸੰਜੋਗ ਯੁਗਾਂ ਦੀ ਕਾਲਣਾ ਨੂੰ ਸਫਲ ਕਰ ਜਾਂਦਾ ਹੈ ਹਾਂਜੀ ਯੁਗਾ ਯੁਗਾੰਤਰਾਂ ਦੀ ਯਾਤਰਾ ਕਰਨ ਪਿੱਛੋਂ ਹੀ ਜਗਿਆਸੂ ਨੂੰ ਪ੍ਰਭੂ ਪ੍ਰੇਮ ਪ੍ਰਾਪਤ ਹੁੰਦਾ ਹੈ ਤੇ ਪ੍ਰੇਮ ਵਿੱਚ ਰਤਾ ਇੱਕ ਰਾਤ ਦਾ ਪ੍ਰਭੂ ਪ੍ਰੀਤਮ ਦਾ ਸੰਜੋਗ ਯੁਗਾਂ ਦੀ ਕਾਲਣਾ ਨੂੰ ਸਫਲ ਕਰ ਜਾਂਦਾ ਹੈ ਇਸ ਘੜੀ ਉਹ ਜਗਿਆਸੂ ਜਿਸ ਨੂੰ ਜੀਵਨ ਵਿੱਚ ਅਜੇ ਸੰਜੋਗੀ ਮੇਲ ਦਾ ਅਵਸਰ ਮਿਲਦਾ ਹੈ ਬਿਲਕੁਲ ਆਪਣੇ ਆਪ ਨੂੰ ਨਿਆਰਾ ਨਿਆਰਾ ਅਨੁਭਵ ਕਰਦਾ ਹੈ ਹਾਂਜੀ ਫਿਰ ਦੋ ਰਾਧੀ ਇਸ ਕਾੜੀ ਉਹ ਜਗਿਆਸੂ ਜਿਸ ਨੂੰ ਜੀਵਨ ਵਿੱਚ ਅਜੇ ਸੰਜੋਗੀ ਮੇਲ ਦਾ ਅਵਸਰ ਮਿਲਦਾ ਹੈ ਬਿਲਕੁਲ ਆਪਣੇ ਆਪ ਨੂੰ ਨਿਆਰਾ ਨਿਆਰਾ ਅਨੁਭਵ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ